ਤੁਹਾਡੀ ਸਕਰੀਨ ਦੇ ਉੱਤੇ ਦਿਖਾਈ ਦੇ ਰਹੀ ਵੀਡੀਓ ਪਟਿਆਲਾ ਦੀ ਹੈ ਜਿੱਥੇ ਕਿ ਇੱਕ ਬੱਸ ਵਿੱਚੋਂ ਡੀਜ਼ਲ ਚੋਰੀ ਕਰਨ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਇੱਕ ਪਾਸੇ ਜਿੱਥੇ ਪੰਜਾਬ ਦੇ ਵਿੱਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਲਈ ਕਦਮ ਚੁੱਕੇ ਜਾ ਰਹੇ ਨੇ, ਐਂਟੀ ਕਰਪਸ਼ਨ ਹੈਲਪਲਾਈਨ ਨੰਬਰ ਤੱਕ ਜਾਰੀ ਕੀਤਾ ਗਿਆ, ਉਧਰ ਹੀ ਦੂਜੇ ਪਾਸੇ ਇੱਕ ਇਹ ਤਸਵੀਰ ਵੀ ਹੈ ਜਿੱਥੇ ਕਿ ਸ਼ਰੀਆਮ ਬੱਸਾਂ ਦੇ ਵਿੱਚੋਂ ਡੀਜ਼ਲ ਚੋਰੀ ਕੀਤਾ ਜਾ ਰਿਹਾ, ਸਰਕਾਰ ਦੇ ਖਜ਼ਾਨੇ ਨੂੰ ਸਿੱਧੀ ਸੱਟ ਮਾਰੀ ਜਾ ਰਹੀ ਹੈ। ਇੱਕ ਵਾਰ ਤੁਹਾਨੂੰ ਪੂਰੀ ਵੀਡੀਓ ਵਿਖਾਉਂਦੇ ਹਾਂ, ਉਸ ਤੋਂ ਬਾਅਦ ਦੱਸਦੇ ਹਾਂ ਕਿ ਆਖਰਕਾਰ ਇਹਨਾਂ ਦੇ ਖਿਲਾਫ ਹੁਣ ਕੀ ਕਾਰਵਾਈ ਹੋਣ ਜਾ ਰਹੀ ਹੈ। इस संबंधी जदों पीआरटीसी दी एमडी परनीत शेरगिल दे नाल गलबात कीती गई तां उहनां दा कहना सी कि गड्डियां दे विचों तेल कड्ढण दीआं जिहीआं वीडियोज़ जो वायरल होईआं ने उहनां तक वी जरूर पहुंचीआं ने। उहनां दा कहना है कि पीआरटीसी दीआं इह गड्डियां किलोमीटर स्कीम दे अधीन ने, इहनां नूं डीजल पीआरटीसी महकमे दे वल्लों मुहैया करवाया जांदा है। ਅਤੇ ਉਹਨਾਂ ਦੇ ਕੋਲ ਇਸ ਤੋਂ ਪਹਿਲਾਂ ਵੀ ਕਈ ਤਰ੍ਹਾਂ ਦੀਆਂ ਅਜਿਹੀਆਂ ਸ਼ਿਕਾਇਤਾਂ ਆ ਚੁੱਕੀਆਂ ਨੇ ਜਿਸ ਦੇ ਆਧਾਰ ਦੇ ਉੱਤੇ ਹੁਣ ਉਹ ਮਾਮਲੇ ਦੀ ਜਾਂਚ ਕਰਨਗੇ। ਜਾਂਚ ਦੇ ਵਿੱਚ ਜੇਕਰ ਉਹ ਦੋਸ਼ੀ ਪਾਏ ਜਾਂਦੇ ਨੇ ਤਾਂ ਉਹਨਾਂ ਦਾ ਕੰਟਰੈਕਟ ਰੱਦ ਕੀਤਾ ਜਾਏਗਾ। ਵੱਲੋਂ ਦੇਖੀ ਗਈ ਹੈ, ਅੱਜ ਸਵੇਰੇ ਹੀ ਮੈਂ ਦੇਖੀ ਹੈ ਵੀਡੀਓ। GM ਪਟਿਆਲਾ ਡਿਪੋ ਨੂੰ ਅਸੀਂ ਕਿਹਾ ਹੈ ਕਿ ਉਹ ਇਨਕੁਆਇਰੀ ਕਰਕੇ ਰਿਪੋਰਟ ਕਰਨ। ਜੋ ਪ੍ਰੀਲਿਮਨਰੀ ਮੇਰੇ ਕੋਲ ਰਿਪੋਰਟ ਆਈ ਹੈ ਉਹਦੇ ਗੱਡੀਆਂ ਦੇ ਨੰਬਰ ਦੇਖ ਕੇ ਜੋ ਰਿਪੋਰਟ ਉਹਨਾਂ ਵੱਲੋਂ ਕੀਤੀ ਗਈ ਹੈ, ਇਹ ਚਾਰੋਂ ਗੱਡੀਆਂ ਕਿਲੋਮੀਟਰ ਸਕੀਮ ਦੀਆਂ ਗੱਡੀਆਂ ਹੈਗੀਆਂ। ਕਿਲੋਮੀਟਰ ਸਕੀਮ ਦੀਆਂ ਉਹ ਗੱਡੀਆਂ ਹੁੰਦੀਆਂ ਜੋ ਕਿ ਅਸੀਂ ਹਾਇਰ ਕਰਦੇ ਹਾਂ, ਇਹਨਾਂ ਨੂੰ ਅਸੀਂ ਫਿਕਸਡ ਡੀਜ਼ਲ ਦਿੰਦੇ ਹਾਂ ਅਤੇ ਉਹਨਾਂ ਦੀ ਪ੍ਰੋਪਰ ਰਿਪੋਰਟ ਆਉਣ 'ਤੇ ਅਸੀਂ ਸਖਤ ਕਾਰਵਾਈ ਇਹਨਾਂ 'ਤੇ ਕਰਾਂਗੇ। ਇਹ ਜੇ ਸਾਬਤ ਹੁੰਦਾ ਹੈ, ਜੋ ਕਿ ਵੈਸੇ ਤਾਂ ਉਹਦੇ 'ਚ ਹੀ ਕਲੀਅਰਲੀ ਦਿਖ ਰਿਹਾ ਹੈਗਾ, ਅਤੇ ਇਹਨਾਂ ਦੇ ਅਸੀਂ ਕੰਟਰੈਕਟ ਵੀ ਕੈਂਸਲ ਕਰ ਸਕਦੇ ਹਾਂ ਅਤੇ ਇਹ ਵੀ ਐਗਜ਼ਾਮਿਨ ਕਰਾਂਗੇ ਕਿ ਕੋਈ ਪਰਚਾ ਕਰਾਉਣ ਦੀ ਲੋੜ ਹੈ ਜਾਂ ਨਹੀਂ ਹੈਗੀ ਹੈ। ਇਹਦੇ 'ਚ ਅਸੀਂ ਆਪਣੇ ਡਰਾਈਵਰਸ ਨੂੰ ਬਹੁਤ ਸਖਤ ਹਦਾਇਤਾਂ ਕੀਤੀਆਂ ਹੋਈਆਂ ਨੇ ਕਿ ਕੋਈ ਵੀ ਡੀਜ਼ਲ ਦੀ ਚੋਰੀ, ਕਿਉਂਕਿ ਡੀਜ਼ਲ ਵੈਸੇ ਹੀ ਬਹੁਤ ਪ੍ਰੈਸ਼ੀਅਸ ਹੈਗਾ, ਜੇ ਸਾਡੇ ਸਾਹਮਣੇ ਕੋਈ ਇੱਦਾਂ ਦੀ ਗੱਲ ਆਉਂਦੀ ਹੈ ਤਾਂ ਇਮੀਡੀਏਟਲੀ ਅਸੀਂ ਉਹਨਾਂ 'ਤੇ ਕਾਰਵਾਈ ਕਰਦੇ ਹਾਂ ਅਤੇ ਸਰਵਿਸਿਜ਼ ਵੀ ਵਾਪਸ ਹੋ ਸਕਦੀਆਂ ਨੇ। ਕਿਲੋਮੀਟਰ ਸਕੀਮ ਵਾਲੀ ਜੋ ਵੀਡੀਓ ਅੱਜ ਵਾਇਰਲ ਹੋਈ ਹੈ ਉਹਦੇ 'ਚ ਅਸੀਂ ਉਹਨਾਂ ਦੇ ਨਾਲ ਕੰਟਰੈਕਟ ਜੋ ਕੀਤਾ ਹੋਇਆ ਉਹ ਐਗਜ਼ਾਮਿਨ ਕਰਕੇ ਅਤੇ ਕੈਂਸਲ ਕਰਾਂ। ਜਿਹੜਾ ਡੀਜ਼ਲ ਹੈਗਾ ਕਿ ਤੁਹਾਡੇ ਕੋਲੋਂ ਪ੍ਰੋਵਾਈਡ ਕੀਤਾ ਜਾਂਦਾ ਕਿ ਸਰਕਾਰੀ ਡੀਜ਼ਲ ਹੁੰਦਾ ਜੋ ਆਪ ਆਪਣੇ ਕੋਲ ਪਾਉਂਦੇ ਨੇ ਕਿਲੋਮੀਟਰ ਸਕੀਮ ਦੇ? ਕਿਲੋਮੀਟਰ ਸਕੀਮ ਦੀ ਗੱਡੀਆਂ ਨੂੰ ਡੀਜ਼ਲ ਅਸੀਂ ਪ੍ਰੋਵਾਈਡ ਕਰਦੇ ਹਾਂ, ਪਰ ਉਹਨਾਂ ਨੂੰ ਫਿਕਸਡ ਡੀਜ਼ਲ ਦਿੱਤਾ ਜਾਂਦਾ ਕਿ ਉਸ ਤੋਂ ਵੱਧ ਜੋ ਕਿਲੋਮੀਟਰ ਉਹਨਾਂ ਨੂੰ ਅਸਾਈਨ ਹੁੰਦੇ ਨੇ ਉਸ ਤਰੀਕੇ ਨਾਲ ਹੀ ਦਿੱਤਾ ਜਾਂਦਾ। ਮੈਮ ਇਸ ਤਰ੍ਹਾਂ ਦੇ ਪਹਿਲਾਂ ਵੀ ਕਦੇ ਮਾਮਲਾ ਦੇਖਣ ਨੂੰ ਆਇਆ ਜੀ, ਸਾਹਮਣੇ ਆਇਆ ਇਸ ਤੋਂ ਪਹਿਲਾਂ ਜੀ ਕੋਈ ਐਸੀ ਸੱਚ ਕੋਈ? ਸਾਡੇ ਕੋਲ ਡੀਜ਼ਲ ਚੋਰੀ ਦੇ ਕੇਸਿਸ ਆਉਂਦੇ ਰਹਿੰਦੇ ਨੇ ਜਿਹਦੇ 'ਚ ਸਾਡੇ ਕੋਲ ਜੋ ਸਾਡੇ ਡਰਾਈਵਰਸ ਵੱਲੋਂ ਚੋਰੀ ਕੀਤੀ ਜਾਂਦੀ ਹੈ ਉਹਦੇ 'ਚ ਅਸੀਂ ਕਾਰਵਾਈ ਕਰਦੇ ਹਾਂ। ਕਿਲੋਮੀਟਰ ਸਕੀਮ ਦਾ ਪਹਿਲਾਂ ਮੇਰੇ ਧਿਆਨ 'ਚ ਕੋਈ ਇਹੋ ਜਿਹਾ ਕੇਸ ਨਹੀਂ। ਹੁਣ ਵੇਖਣਾ ਹੋਵੇਗਾ ਕਿ ਵਿਭਾਗ ਇਹਨਾਂ ਦੇ ਖਿਲਾਫ ਕੀ ਐਕਸ਼ਨ ਲੈਂਦਾ, ਕਿ ਆਖਿਰਕਾਰ ਅਸਲ ਦੇ ਵਿੱਚ ਇਹਨਾਂ ਦਾ ਕੰਟਰੈਕਟ ਰੱਦ ਹੋਏਗਾ ਤਾਂ ਜੋ ਬਾਕੀ ਚਾਰਾਂ ਨੂੰ ਵੀ ਕੰਮ ਹੋ ਜਾਣ ਕਿ ਜੇਕਰ ਅਜਿਹੀ ਘਿਨੌਣੀ ਹਰਕਤ, ਅਜਿਹੀ ਚੋਰੀ ਕੀਤੀ ਜਾਂਦੀ ਹੈ ਤਾਂ ਕੰਟਰੈਕਟ ਰੱਦ ਹੁੰਦੇ ਨੇ, ਸਖ਼ਤ ਕਾਰਵਾਈ ਹੁੰਦੀ ਹੈ। ਪਟਿਆਲਾ ਤੋਂ ਕਰਨਵੀਰ ਰੰਧਾਵਾ ਦੀ ਰਿਪੋਰਟ, ਸਕਾਈ ਨਿਊਜ਼ ਪੰਜਾਬ। ਮੀਆਂ ਮੁਰਾਦ ਅਲੀ, ਏ ਟੂ ਜ਼ੈਡ ਹਰ ਸਮੱਸਿਆ ਦਾ ਸਮਾਧਾਨ ਘਰ ਬੈਠੇ ਗਰੰਟਿਡ ਕਰਵਾਓ। ਮਿਹਨਤ ਮੇਰੀ, ਰਹਿਮਤ ਖੁਦਾ ਦੀ, ਰੱਬ ਦੇ ਘਰ ਦੇਰ ਹੈ ਪਰ ਹਨੇਰ ਨਹੀਂ। ਫ੍ਰੀ ਸੇਵਾ, ਫ੍ਰੀ ਸਲਾਹ, ਨਿਰਾਸ਼ ਕਿਉਂ? ਸਮੱਸਿਆ ਜਿਵੇਂ ਲਵ ਮੈਰਿਜ, ਪਤੀ ਪਤਨੀ ਦੇ ਵਿੱਚ ਅਨਬਨ, ਵਸ਼ੀਕਰਨ, ਮਨਚਾਇਆ ਇਸਤਰੀ ਪੁਰਸ਼ ਹੁਣ ਹਾਸਲ ਕਰੋ। ਪ੍ਰੇਮੀ ਪ੍ਰੇਮਿਕਾ ਨੂੰ ਮਨਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਹਰ ਸਮੱਸਿਆ ਦਾ ਸਮਾਧਾਨ ਗਰੰਟਿਡ, ਅਸਟਾਮ ਪੇਪਰ ਤੇ ਲਿਖ ਕੇ ਲੋ। ਪਰੇਸ਼ਾਨੀ ਦਾ ਹੱਲ ਸੋਚਣ ਨਾਲ ਨਹੀਂ, ਸੰਪਰਕ ਕਰਨ ਨਾਲ ਹੋਵੇਗਾ। 98782 46 665, 98417 18 786। ਹਰ ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, Facebook ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।